ਕੋਰੋਨਾ ਵਾਇਰਸ ਤੋਂ ਬਚਾਅ ਰੱਖਣ ਲਈ ਮੰਡੀ ਫੈਟਨਗੰਜ ਵਿੱਚ SDM ਜੈ ਇੰਦਰ ਸਿੰਘ ਨੇ ਮੰਡੀ ਵਿੱਚ ਜਾ ਕੇ ਮੈਨੇਜਿੰਗ ਕਮੇਟੀ ਮੰਡੀ ਫੈਟਨਗੰਜ ਨਾਲ ਮੀਟਿੰਗ ਕੀਤੀ ਤੇ ਹਦਾਇਤਾਂ ਦਿੱਤੀਆਂ ਕਿ ਕਿਵੇਂ ਸਮਾਜਿਕ ਦੂਰੀ ਬਣਾ ਕੇ ਰੱਖਣੀ ਹੈ, ਪਰ ਮੀਟਿੰਗ ਦੇ ਚਲਦਿਆਂ ਖੁਦ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਭੁੱਲ ਗਏ ਅਤੇ ਮੰਡੀ ਵਿੱਚ ਮੌਜੂਦ ਦੁਕਾਨਦਾਰਾਂ ਨੇ ਇਸ ਦੀ ਪਾਲਣਾ ਨਹੀਂ ਕੀਤੀ। ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਸ ਦੌਰਾਨ SDM ਜੈ ਇੰਦਰ ਸਿੰਘ ਦੀ ਮੀਟਿੰਗ ਵਿੱਚ ਸਮਾਜਿਕ ਦੂਰੀ ਦਾ ਕਿੰਨਾ ਕੁ ਖਿਆਲ ਰੱਖਿਆ ਜਾ ਰਿਹਾ ਸੀ। ਇੱਥੇ ਮੰਡੀ ਦੀਆਂ ਸਾਨੂੰ ਆ ਰਹੀ ਸੀ ਸ਼ਿਕਾਇਤਾਂ ਰਿਗਾਰਡਿੰਗ ਕਿ ਲੋਕ ਦਾ ਭੀੜ ਕਾਫੀ ਹੋ ਜਾਂਦੀ ਹੈ ਅਤੇ ਜਿਹੜਾ ਲੋਕਾਂ ਦਾ ਆਪਸ ਡਿਸਟੈਂਸ ਹੈ ਉਹ ਵੀ ਮੇਨਟੇਨ ਨਹੀਂ ਕਰਦੇ। ਐਸੀ ਕਾਰਨ ਅਸੀਂ ਇਹਨਾਂ ਨੂੰ ਦੁਕਾਨਦਾਰਾਂ ਦੇ ਔਰਗਨਾਈਜੇਸ਼ਨ ਨੂੰ ਕਿਹਾ ਕਿ ਹਰ ਇੱਕ ਦੁਕਾਨ ਦੇ ਬਾਹਰ ਵਾਈਟ ਗੋਲੇ ਲਗਾਉਣ ਸੋਸ਼ਲ ਡਿਸਟੈਂਸਿੰਗ ਦੇ, ਤਾਂ ਕਿ ਆਪਸ 'ਚ ਲੋਕਾਂ ਦਾ ਜਿਹੜੀ ਦੂਰੀ ਹੈ ਇੱਕ ਮੀਟਰ ਦੀ ਘੱਟੋ ਘੱਟ ਰਹੇ। ਅਤੇ ਦੂਸਰਾ ਹੈ ਕਿ ਕਾਫੀ ਸਾਰੇ ਵਹੀਕਲਸ ਜਿਹੜੇ ਪ੍ਰਾਈਵੇਟ ਬੰਦਿਆਂ ਦੇ ਉਹ ਐਂਟਰ ਕਰ ਜਾਂਦੇ ਨੇ ਇਸ ਮੰਡੀ ਵਿੱਚ। ਕੱਲ੍ਹ ਤੋਂ ਅਸੀਂ ਪੁਲਿਸ ਕਾਊਂਟਰ ਪਾਰਟਸ ਨਾਲ ਇਨਸ਼ੋਰ ਕਰਾਂਗੇ ਕਿ ਕੋਈ ਵੀ ਰਿਟੇਲਰ ਤੋਂ ਇਲਾਵਾ ਇੱਥੇ ਨਾ ਆਵੇ। ਜਿਹੜੇ ਹੋਲਸੇਲਰ ਹੈ ਉਹ ਸਿਰਫ ਰਿਟੇਲ ਨੂੰ ਹੀ ਦੇਣ, ਤਾਂ ਕਿ ਅਣਚਾਹੀ ਭੀੜ ਨਾ ਹੋਵੇ ਇੱਥੇ। ਅਤੇ ਜਿਹੜਾ ਟਾਈਮ ਹੈ ਉਹ ਦੁਕਾਨਾਂ ਖੁੱਲ੍ਹਣ ਦਾ ਉਹ 5 to 11 ਕਰ ਦਿੱਤਾ ਗਿਆ ਹੈ, ਜਿਹੜੇ ਦੁਕਾਨਦਾਰਾਂ ਨੂੰ ਐਗਰੀ ਕਰਦੇ ਨੇ। ਤੁਸੀਂ ਸੋਸ਼ਲ ਡਿਸਟੈਂਸਿੰਗ ਦੀ ਗੱਲ ਕੀਤੀ ਹੈ, ਪਰ ਸਰ ਤੁਹਾਡੇ ਸਾਹਮਣੇ ਨਹੀਂ ਪਾਲਣਾ ਹੋਈ, ਤੁਸੀਂ ਖੁਦ ਵੀ ਬਿਲਕੁਲ 0% ਡਿਸਟੈਂਸਿੰਗ 'ਤੇ ਸੀਗੇ ਸਮਾਜਿਕ ਦੂਰੀ, ਹੁਣ ਵੀ ਤੁਸੀਂ ਜੋ ਤੁਸੀਂ ਚੱਲ ਕੇ ਆ ਰਹੇ ਸੀ 0% ਡਿਸਟੈਂਸਿੰਗ ਸੀ, ਤੁਹਾਡੇ ਨਾਲ ਵੀ ਆਪ। ਦੇਖੋ ਅਸੀਂ ਵਾਰ ਵਾਰ ਇਹੀ ਕਹਿੰਦੇ ਇਹਨਾਂ ਨੂੰ ਸਮਝਾ ਰਹੇ ਹਾਂ, ਇਹਨਾਂ ਨੂੰ ਕੀ ਨਾਮ ਹੈ ਮੇ ਬੀ ਇਹਨਾਂ ਨੂੰ ਹਜੇ ਸਮਝ ਹੁਣ ਆ ਜਾਏਗੀ ਕਿ ਜਦੋਂ ਗੋਲੇ ਲੱਗ ਜਾਣਗੇ ਕਿ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਕਰਨਾ ਹੀ ਕਰਨਾ ਹੈ, ਇਹਨਾਂ ਦੀ ਆਪਣੀ ਪਰਸਨਲ ਸੇਫਟੀ ਲਈ ਵੀ ਇਹ ਜ਼ਰੂਰੀ ਹੈ। ਪਰ ਸਰ ਤੁਸੀਂ ਪਹਿਲਾਂ ਕਿਉਂ ਨਹੀਂ ਉਹਨੂੰ ਵੇਅਰ ਕੀਤਾ, ਥੋੜ੍ਹਾ ਦੂਰ ਹੋ ਕੇ ਡਿਸਟੈਂਸ ਰੱਖ ਕੇ ਖੜੇ ਹੋਣ, ਕਿਉਂਕਿ ਜਦੋਂ ਤੁਹਾਡੇ ਕੋਲ ਪਹਿਲਾਂ ਖੜੇ ਸੀ ਉਦੋਂ ਵੀ ਦਿਖਾਈ ਦੇ। ਦੇਖੋ ਅਸੀਂ ਤਾਂ ਵਾਰ ਕਹਿੰਦੇ ਰਹਿੰਦੇ ਹਾਂ ਕਿ ਕੀ ਨਾਮ ਹੈ ਬੰਦਿਆਂ ਨੂੰ ਕਿੰਨਾ ਜ਼ਿਆਦਾ ਮੀਡੀਆ ਵਿੱਚ ਵੀ ਆ ਰਿਹਾ ਕਿ ਸੋਸ਼ਲ ਡਿਸਟੈਂਸ ਮੇਨਟੇਨ ਕੀਤੀ ਜਾਵੇ। ਖੜੇ ਹੋਏ ਸੀ ਤੁਸੀਂ, ਹੁਣ ਦੱਸਿਆ ਸੀ ਜੋ ਤੁਸੀਂ ਨਾਲ ਗੱਲਬਾਤ ਕਰ ਰਹੇ ਸੀ, ਮੈਂ ਤਾਂ ਜੀ ਚੱਲ ਕੇ ਵੀ ਆ ਰਹੇ ਸੀ। ਮੈਂ ਤਾਂ ਦੇਖੋ ਇਹਨਾਂ ਨੂੰ ਡਿਸਟੈਂਸਿੰਗ, ਮੈਂ ਤਾਂ ਇਹਨਾਂ ਨੂੰ ਇਹ ਵੀ ਕਿਹਾ ਹੈਗਾ ਕਿ ਜਿਹੜੇ ਵੀ ਇਹਨਾਂ ਦੀ ਲੇਬਰ ਕੰਮ ਕਰਦੀ ਆ ਉਹਨਾਂ ਲਈ ਮਾਸਕ ਕੰਪਲਸਰੀ ਹੈ। ਕੋਈ ਵੀ ਇਹਨਾਂ ਦਾ ਲੇਬਰ ਬਿਨਾਂ ਮਾਸਕ ਤੋਂ ਇੱਥੇ ਕੰਮ ਨਹੀਂ ਕਰੂਗਾ। ਕੱਲ੍ਹ ਤੋਂ ਅਸੀਂ ਅੱਜ ਇਹਨਾਂ ਨੂੰ ਸਮਝਾ ਚੱਲੇ ਹਾਂ, ਕੱਲ੍ਹ ਨੂੰ ਅਸੀਂ ਇਹਨਾਂ ਨਾਲ ਸਟ੍ਰਿਕਟਲੀ ਵੀ ਡੀਲ ਕਰਾਂਗੇ। ਸਰ ਜਿੱਦਾਂ ਕਿ ਇਹ ਫੋਰਸ ਲਗਾਏ ਗਏ ਆ, ਇੱਥੇ ਕੋਈ ਪਾਲਣਾ ਨਹੀਂ ਕਰਦਾ ਤਾਂ ਫਿਰ ਇੱਥੇ ਕੀ ਕਰਦਾ? ਬਿਲਕੁਲ ਅਸੀਂ ਫਿਰ ਕਾਰਵਾਈ ਕਰਾਂਗੇ, ਇਹਨਾਂ ਨੂੰ ਅਸੀਂ ਕਹਿਤਾ ਕਿ ਜ਼ਰੂਰੀ ਕਾਰਵਾਈ ਕਰਾਂਗੇ। ਸਰ ਜਿਹੜੇ ਹੁਣ ਜਿਹੜੇ ਇੱਥੇ ਹੁਣੇ ਵੀ ਜਿਹੜੀ ਸਮਾਜਿਕ ਦੂਰੀ ਦੀ ਪਾਲਣਾ ਨਹੀਂ ਹੋਈ, ਸਰ ਉਸ ਤੋਂ ਬਾਰੇ ਤੁਹਾਡਾ ਕੀ ਕਹਿਣਾ? ਮੈਂ ਤਾਂ ਦੇਖੋ ਅੱਜ ਇਹਨਾਂ ਨੂੰ ਕਹਿ ਚੱਲਦਾ ਕਿ ਸਮਾਜਿਕ ਦੂਰੀ ਜੇ ਨਹੀਂ ਕਰੋਗੇ ਤਾਂ ਫਿਰ ਮੇ ਬੀ ਇਹਨਾਂ ਦੇ ਮੈਨੂੰ ਦੁਕਾਨ ਕੁਛ ਦੇਰ ਲਈ ਬੰਦ ਵੀ ਕਰਨੀ ਪੈ ਸਕਦੀ ਹੈ, ਇਹ ਇਹਨਾਂ ਨੂੰ ਦੱਸ ਦਿੱਤਾ ਗਿਆ।